ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸਿਰਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹ ਪਿੰਡ ਮੱਲਣ ਤਹਿਸੀਲ ਗਿੱਦੜਬਾਹਾ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਰਾਮਿਆਣੇ ਤੋਂ ਸਿੱਧੀ ਸੜਕ ਜਿਹੜੀ ਹੈ ਦੋਸਤੋ ਮੱਲਣ ਆ ਜਾਂਦੀ ਹੈ ਅਤੇ ਅੱਗੇ ਦੋਦਾ ਕਾਉਣੀ ਗੁੜੀ ਸੰਘਰੇਤਾਂ ਜਿਹੜੀ ਉਹ ਰੋਡ ਅੱਗੇ ਕਰੋਸ ਹੋ ਜਾਂਦੀ ਹੈ। ਮੇਨ ਰੋਡ ਹੈ ਕੋਟਕਪੁਰ ਜੈਤੋ ਤੋਂ ਜਿਹੜਾ ਮੁਕਤਸਰ ਵਾਲਾ ਉਹਦੇ 'ਤੇ ਪਿੰਡ ਆਉਂਦਾ। ਅੱਜ ਦੀ ਵੀਡੀਓ 'ਚ ਇੱਕ ਕਰੋਸ ਬਰੀਡ ਗਾਂ ਦਿਖਾਉਣੀ ਹੈ ਦੋਸਤੋ, ਬਹੁਤ ਵੱਡੇ ਹਵਾਨੇ ਨਾਲ ਚੰਗੀ ਵਹਿੜ ਹੈ। ਡਿਟੇਲ ਇਹਦੇ ਬਾਰੇ ਸਾਰੀ ਬਾਈਕ ਤੋਂ ਪੁੱਛਦੇ ਹਾਂ, ਵੀਡੀਓ ਨਿੰਟ ਤੱਕ ਦੇਖੋ, ਜਿਹਨੂੰ ਪਸੰਦ ਆਜੂਗੀ ਦੋਸਤੋ ਆ ਕੇ ਤੁਸੀਂ ਦੇਖ ਕੇ ਆਪਦੀ ਤਸੱਲੀ ਦੇ ਨਾਲ ਸੌਦਾ ਬਾਈ ਨਾਲ ਕਰ ਸਕਦੇ ਹੋ। ਆਓ ਵੀਰ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੀ? ਠੀਕ ਹੈ। ਅੰਗਰੇਜ਼ ਬਾਈ, ਵਪਾਰ ਦਾ ਕੰਮ ਆਪਾਂ ਕਰਦੇ ਹਾਂ, ਠੀਕ ਹੈ। ਅੱਛਾ, ਜਿਹੜੀ ਇਹ ਵਹਿੜ ਵੇਚਣੀ ਆਪਾਂ ਕਹਿੰਦੇ ਸੂਆ ਸੂ ਪਹਿਲੇ ਸੂਏ ਦੰਦੋ ਕਿਵੇਂ ਵੀ ਚਾਰ ਦੰਦ, ਠੀਕ ਹੈ। ਕਿੰਨੇ ਕੁ ਦਿਨ ਅੰਦਾਜ਼ਾ ਲੈ ਜੂਗੀ? ਹਵਾਨਾ ਇਹਦਾ ਕਿੱਡਾ ਖੋਊਗਾ ਉਹਦਾ ਆਈਡੀਆ ਜਿਹੜਾ ਵੀਰ ਵੀਡੀਓ ਦੇਖ ਰਹੇ ਹੋ ਜਰੂਰ ਲਾ ਲਿਓ। ਪਹਿਲਾਂ ਵਹਿੜ ਏਡਾ ਹਵਾਨਾ ਦੋਸਤੋ ਆਮ ਤੌਰ ਤੇ ਲੱਗਦਾ ਨਹੀਂ ਗਾ, ਛੇਤੀ ਅੱਗੇ ਨੂੰ ਵੀ ਪੂਰਾ ਹਵਾਨਾ ਦੇਖ ਸਕਦੇ ਹੋ ਤੁਸੀਂ, ਘੁਮਾਲਾ ਹੋਰ ਵੀਰੇ, ਤੇ ਪਿੱਛੇ ਨੂੰ ਵੀ ਹਵਾਨਾ ਫੁੱਲ ਹੈ, ਬਹੁਤ ਸੋਹਣੇ ਹਵਾਨੇ ਦੀ ਵੱਡੇ ਹਵਾਨੇ ਦੀ ਵਹਿੜ ਆ ਦੋਸਤੋ। ਸੋ ਦੁਬਾਰਾ ਫਿਰ ਦੋਸਤੋ ਇਹਦਾ ਹਵਾਨਾ ਦਿਖਾ ਦਿੰਦਾ, ਬਹੁਤ ਵੱਡਾ ਹਵਾਨਾ ਵਹਿੜ ਨੇ ਬਣਾਉਣਾ ਜਦੋਂ ਨੂੰ ਸੋਹਣਾ, ਦਸ ਦਿਨਾਂ ਦੀ ਕੱਚੀ ਘੁਮਾਲਾ ਵੀਰੇ। ਸੋ ਦੋਸਤੋ ਚੰਗੀ ਸੋਹਣੀ ਵਹਿੜ ਕਰੋਸ ਬਰੀਡ 'ਚ, ਜਿਹਨੂੰ ਪਸੰਦ ਆਵੇ ਕਾਲ ਬਾਈ ਨੂੰ ਕਰ ਲਿਓ, ਨੰਬਰ ਸਕਰੀਨ ਉੱਤੇ ਲੱਗਾ, ਆਪਦੀ ਤਸੱਲੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ। ਬੰਦੇ ਬਾਈ ਥਣ ਦਾ ਸਾਈਜ਼ ਦੋਸਤੋ ਇਸ ਟਾਈਮ ਜਿਹੜਾ ਹੈਗਾ ਉਹ ਤੁਹਾਨੂੰ ਦਿਖਾ ਦਿੰਦਾ, ਪਰ ਹਜੇ ਕੋਈ ਇਹਨਾਂ ਥਣਾਂ ਦੇ ਵਿੱਚ ਕੋਈ ਧਾਰ ਨਹੀਂ ਹਜੇ ਪਾਈ ਇਹਨੇ ਦੁੱਧ ਨੂੰ। ਸੋ ਉਮੀਦ ਆ ਵੀ ਇਹ ਥਣ ਬਹੁਤ ਸੋਹਣਾ ਸਾਈਜ਼ ਕੱਢ ਜੂਗੀ। ਬਿੱਥੀ ਜਿਹੜੀ ਆ ਉਹਦਾ ਅੰਦਾਜ਼ਾ ਤੁਸੀਂ ਲਾ ਲਓ, ਲਗਭਗ ਮੇਰੇ ਖਿਆਲ 'ਚ ਪਰਲਾ ਥਣ ਦੋਸਤੋ ਡੇਢ ਫੁੱਟ ਨੂੰ ਦੂਰ ਹੋਊ, ਕਿਉਂਕਿ ਹਵਾਨਾ ਚੌੜਾ ਹੈ ਵੱਡਾ ਹਵਾਨਾ। ਸੋ ਚੰਗੇ ਥਣ ਹਵਾਨੇ ਦੀ ਵਹਿੜ, ਜਿਹਨੂੰ ਪਸੰਦ ਆਵੇ ਕਾਲ ਬਾਈ ਨੂੰ ਕਰ ਸਕਦੇ ਹੋ, ਨੰਬਰ ਸਕਰੀਨ 'ਤੇ ਲੱਗਾ, ਤਸੱਲੀ ਦੋਸਤੋ ਹਰੇਕ ਪੱਖ ਤੋਂ ਜ਼ਰੂਰ ਕਰ ਲਿਆ ਕਰੋ। ਧੰਨਵਾਦ ਵੀਡੀਓ ਦੇਖਣ ਵਾਸਤੇ।